मेरी पीरी दे मालक ते छेवें पातशाही श्री गुरु हरगोबिंद साहब जी के प्रकाश पुरब के मौके अज संगत सचखंड श्री हरिमंदर साहब विखे नतमस्तक होने पहुंचिया, जिते उन्होंने वालों सचखंड श्री हरिमंदर साहब विखे मत्था टेकया गया। उते इलाही बाणी का श्रावण किया गया। इस मौके वड्डी गिणती विच संगत सचखंड श्री हरिमंदर साहब विखे पहुंच रही ने। श्रोमणी कमेटी वालों अज दिन श्री अखंड पाठ साहब जी के भोग पाए गए हैं, समागम किए जा रहे हैं। इस मौके गलबात करदे अकाल तख्त साहब के जथेदार ज्ञानी हरप्रीत सिंह ने भी सिख कौम के देशों विदेशों में वसदियां नामलेवा संगतां नूं अज दे इस पवित्र दिहाड़े दी वधाई दित्ती अते सानूं गुरु महाराज जी दे दसे मार्ग ते चलण लई कहा। उन्होंने कहा कि गुरबाणी दे नाल जुड़ो, गुरु महाराज के दसे मार्ग ते चलो, मिलजुल के रहण दा संदेश दिता। उन्होंने कहा कि अज सिख कौम दे लई बहुत ही वड्डा ते खुशी दा दिहाड़ा है। मेरी पीर के मालक साहब श्री गुरु हरगोबिंद साहब जी के प्रकाश पुरब के मौके संगतां वड्डी गिणती विच सचखंड नतमस्तक होने लई पहुंच रही ने। उन्होंने वधाई दित्ती अते सरबत दे भले दी अरदास भी की। ਕੀ ਨਾਮ ਹੈ ਜੀ ਆਪਣਾ? ਕੀ ਨਾਮ ਤੁਹਾਡਾ ਜੀ? ਅਮਰੀਤ ਸਿੰਘ। ਅੱਜ ਪ੍ਰਕਾਸ਼ ਦਿਹਾੜਾ ਛੇ ਪਾਸ਼ੇ ਦੇ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗ੍ਰਹਿ ਵਿਖੇ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਵਾਕਾਂ ਦੇ ਨਾਲ ਜੋ ਅਵਤਾਰ ਧਾਰਿਆ ਉਹਨਾਂ ਨੇ ਅੱਜ ਦੇ ਦਿਨ, ਉਸੇ ਸੰਬੰਧ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਢੋਲ ਪਾਏ ਗਏ ਹਨ ਅਤੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਦਸਾਂ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਥੋੜ੍ਹਾ ਥੋੜ੍ਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ ਦੇਣਾ ਭਾਈ ਸੁਖਜੀਤ ਸਿੰਘ ਜੀ ਖਾਲਸਾ। ਸੋ ਅੱਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਪੁਰਬ ਆ। ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਪ੍ਰਕਾਸ਼ ਗੁਰੂ ਦੀਆਂ ਦੇਸ਼ ਔਰ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਦਾਸ ਦੇ ਕੋਈ ਸ੍ਰੀ ਜਥੇ ਵੱਲੋਂ ਬੇਅੰਤ ਬੇਅੰਤ ਵਧਾਈਆਂ ਹਨ। ਔਰ ਗੁਰੂ ਕੀ ਵਡਾਲੀ ਵਿਖੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹੋਇਆ, ਉੱਥੇ ਗੁਰੂ ਸਾਹਿਬ ਜੀ ਗੁਰੂ ਕੀ ਵਡਾਲੀ ਵਿਖੇ ਮਨਾ ਰਹੀਆਂ ਨੇ ਸੰਗਤਾਂ, ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਮਨਾ ਰਹੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ। ਔਰ ਸਰਬੱਤ ਦਾ ਭਲਾ ਮੰਗ ਰਹੀਆਂ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਉੱਥੇ ਹੀ ਜਿੱਥੇ ਸਾਡੇ ਕਿਸਾਨ ਵੀਰ ਦਿੱਲੀ ਦੇ ਵਿੱਚ ਡਟੇ ਨੇ, ਦਿੱਲੀਆਂ ਦੇ ਗੁਰੂਆਂ ਦੇ ਡਟੇ ਨੇ, ਭਾਵੇਂ ਸਿੰਘੂ ਬਾਰਡਰ ਹੋਵੇ, ਟਿੱਕਰੀ ਬਾਰਡਰ ਹੋਵੇ, ਗਾਜ਼ੀਪੁਰ ਬਾਰਡਰ ਹੋਵੇ, ਉਹਦੀਆਂ ਵੀ ਅਰਦਾਸਾਂ ਕਰ ਰਹੀਆਂ ਨੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਦਲਵਿੰਦਰ ਸਿੰਘ ਜੀ। ਅੱਜ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਇਆ ਜੀ, ਨਮਿਤ ਕਰਵਾਉਣ ਵਾਸਤੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਜਨਮ ਦਿਹਾੜਾ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਬਹੁਤ ਰੌਣਕਾਂ ਲੱਗੀਆਂ ਜੀ, ਅਤੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪੈ ਰਹੇ ਆ ਅਕਾਲ ਤਖਤ ਸਾਹਿਬ ਦੇ ਉੱਪਰ ਜੀ। ਗੁਰੂ ਕੀ ਵਡਾਲੀ ਉਹਨਾਂ ਦਾ ਜਨਮ ਹੋਇਆ ਵਾ ਛੇਵੇਂ ਪਾਤਸ਼ਾਹ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀ। ਅਤੇ ਸੰਗਤਾਂ ਦਾ ਮਸਤਕ ਹੋ ਰਹੀਆਂ ਸਵੇਰ ਤੋਂ ਹੀ, ਮਤਲਬ ਵੀ ਤਾਂ ਲੱਗਾ ਹੋਇਆ ਸੰਗਤਾਂ ਦਾ ਜੀ। ਗਰਮੀ ਬਹੁਤ ਆ, ਪਰ ਫਿਰ ਵੀ ਵੇਖ ਲਓ ਸੰਗਤਾਂ ਵੱਲੋਂ ਮਸਤਕ ਹੋ ਰਹੀਆਂ। ਪਹਿਲਾਂ ਕਰੋਨੇ ਕਰਕੇ ਕੰਮ ਖਰਾਬ ਸੀ ਥੋੜ੍ਹਾ ਜਿਹਾ, ਉਹਦੇ ਕਰਕੇ ਸੰਗਤਾਂ ਘੱਟ ਸੀ, ਹੁਣ ਕਰੋਨੇ ਖਤਮ ਹੋ ਗਿਆ ਵਾ, ਅਤੇ ਇਸ ਕਰਕੇ ਸੰਗਤਾਂ ਦਾ ਅੱਜ ਤਾਂ ਹੜ੍ਹ ਆਇਆ ਪਿਆ ਅੰਦਰ ਦੇਖ ਲਓ ਜਾ ਕੇ ਜੀ। ਅਤੇ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਸੰਗਤਾਂ ਜਿਹੜੀਆਂ ਵਾ ਨਮਸਤਕ ਹੁੰਦੀਆਂ ਰਹਿਣ, ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਸਾਰੇ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ ਆਪਣਾ ਨਾਮ? ਹਾਂਜੀ ਬਾਬਾ ਜੀ ਆਪਣਾ ਨਾਮ ਸਿੰਘ ਜੀ। ਅੱਜ ਛੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅੱਜ ਛੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਹੈ। ਸਾਰੀਆਂ ਸੰਗਤਾਂ ਬੜੀਆਂ ਸ਼ਰਧਾ ਨਾਲ ਮਨਾ ਰਹੀਆਂ ਹਨ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸਿਰ 'ਤੇ ਮੇਰੇ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਵਿੱਚ ਕਰਨ ਅਤੇ ਸਰਬੱਤ ਦਾ ਭਲਾ ਕਰਨ ਅਤੇ ਸਹਾਈ ਹੋਣ। ਇਸੇ ਕਰਕੇ ਸਾਰੀਆਂ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਹਨ, ਜਿਨ੍ਹਾਂ ਦੇ ਭੋਗ ਪਾਏ ਗਏ ਹਨ। ਹੁਣ ਉਪਰੰਤ ਕੀਰਤਨ ਹੋਣਾ ਹੈ, ਉਸ ਤੋਂ ਬਾਅਦ 'ਚ ਅਤੇ ਸਮਾਪਤੀ ਹੋਏਗੀ, ਅਰਦਾਸ ਬੇਨਤੀ ਹੋਏਗੀ ਅਤੇ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ, ਸ਼੍ਰੋਮਣੀ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ। ਸੰਗਤਾਂ ਦੀ ਕਿੰਨੀ ਕੁ ਆਮਦ ਹੈ ਕਰੋਨਾ ਕਰਕੇ? ਕੋਈ ਫਰਕ ਲੱਗਦਾ ਕਿ ਇਸ ਸਾਲ ਥੋੜ੍ਹਾ ਫਰਕ ਹੈ? ਨਹੀਂ, ਅੱਜ ਫਰਕ ਤਾਂ ਹੈਗਾ, ਲੇਕਿਨ ਹੁਣ ਠੀਕ ਹੈ, ਹੁਣ ਸੰਗਤ ਆ ਰਹੀ ਹੈ ਕਿਉਂਕਿ ਲੋਕਡਾਊਨ ਖੁੱਲ੍ਹਣ ਕਰਕੇ ਸੰਗਤ ਦਾ ਬੜਾ ਫਰਕ ਪੈ ਗਿਆ। ਸੰਗਤ ਆ ਰਹੀ ਹੈ, ਖੁੱਲ੍ਹ ਕੇ ਆ ਰਹੀ ਹੈ ਅਤੇ ਬਹੁਤ ਫਰਕ ਪੈ ਗਿਆ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।